ਦੇਸ਼ ਵਿਦੇਸ਼ ਬੈਠੇ ਸਾਰੇ ਵੀਰਾਂ ਭੈਣਾਂ ਬੱਚਿਆਂ ਬਜ਼ੁਰਗਾਂ ਨੂੰ ਮੇਰੇ ਵੱਲੋਂ ਯਾਨੀ ਸੋਮ ਸਹੋਤਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਵਿਰਸਾ ਵਾਜਾ ਮਾਰ ਦਾ। ਵਿਰਸੇ ਵਾਜਾ ਮਾਰ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪੁਰਾਣੇ ਬੀਤੇ ਹੋਏ ਸਮੇਂ ਦੀਆਂ ਗੱਲਾਂ ਕਰਦੇ ਹਾਂ ਕਿ ਉਸ ਵੇਲਾ ਲੋਕ ਵੀ ਜਿਉਂਦੇ ਜਾਗਦੇ ਰਹਿੰਦੇ ਸੀ ਔਰ ਮਾਸ਼ਾਅੱਲਾ ਇਹਨਾਂ ਦਿਨਾਂ 'ਚੋਂ ਜਿੱਦਾਂ ਅੱਜ ਜੋ ਅੱਜ ਜ਼ਮਾਨੇ ਵਿੱਚ ਚੱਲ ਰਿਹਾ ਉਸ ਤੋਂ ਵਧੀਆ ਤਰੀਕੇ ਨਾਲ ਉਹਨਾਂ ਦੀ ਜ਼ਿੰਦਗੀ ਵਿਚਰ ਰਹੀ ਸੀ ਔਰ ਜਿਉਂਦੇ ਸੀ। ਲੇਕਿਨ ਅੱਜ ਚੱਲਦਾ ਫਿਰਦਾ ਇੱਕ ਸਰੀਰ ਨਜ਼ਰ ਆ ਰਿਹਾ, ਲੇਕਿਨ ਜੇ ਬਿਮਾਰੀਆਂ ਦੀ ਗੱਲ ਕਰੀਏ ਤਾਂ ਬੇਅਥਾ ਇੱਕ ਸਰੀਰ ਨੂੰ ਬਿਮਾਰੀਆਂ ਲੱਗੀਆਂ ਹੁੰਦੀਆਂ ਨੇ। ਉਹਦਾ ਸਭ ਤੋਂ ਵੱਡਾ ਕਾਰਨ ਇਹ ਹੀ ਹੁੰਦਾ ਦੋਸਤੋ ਕਿ ਹੱਥੀਂ ਆਪਾਂ ਕੋਈ ਵੀ ਕੰਮਕਾਰ ਨਹੀਂ ਕਰਦੇ। ਹੱਥੀਂ ਕੰਮਕਾਰ ਕਰਨ ਦੀ ਗੱਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਕਿ ਪੈਰੀ ਗਾਉਣਾ, ਸ਼ਾਇਦ ਅੱਜ ਦੀ ਪੀੜ੍ਹੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਪੈਰੀ ਗਾਉਣਾ ਕੀ ਹੈ ਔਰ ਕਦੋਂ ਇਸ ਵਰਡ ਦਾ ਜਿਹੜਾ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਸੀ। ਪੁਰਾਣੇ ਸਮੇਂ ਵਿੱਚ ਜਦੋਂ ਘਰ ਦੇ ਵਿੱਚ ਕੋਈ ਫਸਲ ਪੱਕ ਕੇ ਆਉਂਦੀ ਸੀ ਤਾਂ ਮਸ਼ੀਨੀ ਯੁੱਗ ਬਹੁਤ ਘੱਟ ਹੋਇਆ ਕਰਦੇ ਸਨ। ਪੂਰੇ ਦਾ ਪੂਰਾ ਪਰਿਵਾਰ ਉਸ ਨੂੰ ਵਿਹੜੇ ਵਿੱਚ ਖਲਾਰ ਲੈਂਦਾ ਸੀ ਔਰ ਸ਼ਾਮ ਜਦੋਂ ਵੀ ਟਾਈਮ ਲੱਗਣਾ ਉਹਦੇ ਉੱਪਰ ਪੈਰੀ ਗਾਉਣਾ, ਮਤਲਬ ਉਹਦੇ ਆਲੇ ਦੁਆਲੇ ਘੁੰਮਣਾ, ਨਾਲ ਉਹਦੇ ਉੱਪਰ ਪਸ਼ੂਆਂ ਨੂੰ ਵੀ ਆਪਣੇ ਨਾਲ ਲੈ ਕੇ ਉਹਦੇ ਉੱਪਰ ਗਾਉਣ ਲੱਗ ਪੈਂਦੇ ਸੀ, ਮਤਲਬ ਉਹਦੇ ਉੱਪਰ ਚੱਲਣ ਫਿਰਨ ਲੱਗ ਪੈਣਾ। ਹੌਲੀ 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 ਜਿਹੜਾ ਹੈ ਉਹ ਸਮਾਂ ਬਦਲਦਾ ਗਿਆ। ਲੇਕਿਨ ਉਸ ਸਮੇਂ ਦਾ ਜਿਨ੍ਹਾਂ ਨੇ ਕਿਤਾਬਾਂ ਵਿੱਚ ਲਿਖਿਆ ਮੁਬਾਰਕਬਾਦ ਦੇ ਪਾਤਰ ਨੇ ਔਰ ਉਹਨਾਂ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਉਹਨਾਂ ਨਾਲ ਸੰਪਰਕ ਕੀਤਾ, ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ। ਸ਼੍ਰੀ ਮੁਕਤਸਰ ਸਾਹਿਬ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਜਨਾਬ ਜਸਵੀਰ ਸ਼ਰਮਾ ਜੀ। ਸ਼ਰਮਾ ਜੀ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਸਹੋਤਾ ਸਾਹਿਬ ਜੀ ਤੁਹਾਡਾ ਔਰ ਤੁਹਾਡੀ ਟੀਮ ਦਾ, ਜਿਹੜੇ ਤੁਸੀਂ ਸਮੇਂ ਸਮੇਂ 'ਤੇ ਪੰਜਾਬ ਦੇ ਵਿੱਚੋਂ ਜੋ ਵਿਰਸੇ ਨਾਲ ਰਿਲੇਟਡ ਨੇ ਵਿਰਸਾ ਲਿਖਦੇ ਆ ਉਹਨਾਂ ਨੂੰ ਤੁਸੀਂ ਬੁਲਾ ਕੇ ਔਰ ਸਾਰੀਆਂ ਸੰਗਤ ਦੇ ਔਰ ਸਾਰੇ ਪਾਠਕਾਂ ਦੇ ਸਨਮੁਖ ਕਰਦੇ ਹਾਂ, ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਜੀ। ਅੱਛਾ ਸ਼ਰਮਾ ਜੀ, ਤੁਹਾਡੀ ਇੱਕ ਕਿਤਾਬ ਦੇ ਵਿੱਚ ਲੇਖ ਹੈ ਪੈਰੀ ਗਾਉਣਾ। ਮੈਂ ਚਾਹੁੰਦਾ ਕਿ ਉਹ ਪਹਿਲਾਂ ਪੈਰੀ ਗਾਉਣਾ ਜਿਹੜਾ ਹੈ ਉਸ ਨੂੰ ਕਲੀਅਰ ਕਰੋ, ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਇਹ ਸ਼ਬਦ ਬਾਰੇ ਬਹੁਤ ਘੱਟ ਪਤਾ ਹੈ। ਬਿਲਕੁਲ ਜੀ, ਕਿਉਂਕਿ ਅੱਜ ਤਾਂ 21ਵੀਂ ਸਦੀ ਦੇ ਵਿੱਚ ਆਪਾਂ ਮਸ਼ੀਨੀ ਯੁੱਗ 'ਚ ਆ ਗਏ ਹਾਂ। ਕੋਈ ਸਮਾਂ ਸੀ ਜਦੋਂ ਸਾਰਾ ਪਰਿਵਾਰ ਖੇਤਾਂ ਦੇ ਵਿੱਚ ਜਦੋਂ ਫਸਲ ਨੇ ਪੱਕ ਜਾਣਾ, ਜਿਵੇਂ ਕਣਕ ਨੇ ਪੱਕ ਜਾਣਾ, ਕਣਕ ਨੂੰ ਵੱਢਣਾ, ਵੱਢ ਕੇ ਉਹਦੇ ਪਹਿਲਾਂ ਤਾਂ ਛੋਟੀਆਂ ਛੋਟੀਆਂ ਜਿਹੜੀਆਂ ਢੇਰੀਆਂ ਲੱਗਦੀਆਂ, ਉਸ ਤੋਂ ਬਾਅਦ ਉਹਦੇ ਥੱਬੇ ਲਾਏ ਜਾਂਦੇ ਜੀ। ਥੱਬੇ ਲਾ ਕੇ ਉਸ ਤੋਂ ਬਾਅਦ ਵੇਖਣਾ ਸ਼ਾਮ ਨੂੰ ਜਦੋਂ ਮੌਸਮ ਮਤਲਬ ਥੋੜ੍ਹਾ ਰਹਿ ਜਾਣਾ ਵੱਢਣ ਨੂੰ ਹਟ ਕੇ, ਅਤੇ ਉਹ ਥੱਬਿਆਂ ਨੂੰ ਚੱਕ ਕੇ ਮੰਡਲੀ ਲਾਉਂਦੇ, ਉਹਨੂੰ ਮੰਡਲੀ ਕਹਿੰਦੇ ਸੀ। ਉਹ ਮੰਡਲੀ ਜਦੋਂ ਲੱਗ ਜਾਣੀ ਆ, ਆਮ ਸਾਰੇ ਖੇਤ ਇਉਂ ਵੱਢਦੇ ਸੀਗੇ ਜੀ, ਉਦੋਂ ਮੰਡਲੀ ਜਦੋਂ ਲਾ ਲੈਣੀ ਉਸ ਤੋਂ ਬਾਅਦ ਇੱਕ ਕਿਸੇ ਖਾਸ ਇੱਕ ਜਗ੍ਹਾ 'ਤੇ ਖੇਤ ਦੇ ਵਿੱਚ ਉਹ ਮੁੱਢੀਆਂ ਜਿਹੜੀਆਂ ਥੱਲਿਓਂ ਕਣਕ, ਪਹਿਲੀ ਗੱਲ ਤਾਂ ਵੱਢਦੇ ਹੀ ਥੱਲਿਓਂ ਸੀ, ਜੇ ਕੋਈ ਥੋੜ੍ਹੀ ਜਿਹੀ ਉੱਚੀ ਹੋਣੀ ਤਾਂ ਉਹ ਮੁੱਢੀਆਂ ਵੱਢ ਲੈਣੀਆਂ, ਉੱਥੇ ਪੈਰੀ ਮਤਲਬ ਚਾਰ ਚੁਫੇਰੇ ਖਲਾਰ ਦੇਣੀ ਉਹ ਕਣਕ ਜਦੋਂ ਐਨ ਪੂਰੀ ਸੁੱਕ ਜਾਣੀ। ਜੇ ਤਾਂ ਕਿਸੇ ਕੋਲ ਬਲਦ ਹੋਣੇ ਤਾਂ ਉਹ ਫਲਾ ਪਾਉਂਦੇ ਸੀਗੇ ਬਲਦ ਦੇ ਮਗਰ। ਅੱਛਾ, ਜੇ ਕਿਸੇ ਕੋਲ ਟਾਵੇਂ ਘਰਾਂ 'ਚ ਕੋਲ ਟਰੈਕਟਰ ਹੁੰਦਾ ਸੀ ਉਹ ਟਰੈਕਟਰ ਦੇ ਮਗਰ ਫਲਾ ਪਾਉਣਾ, ਨਾਲ ਦੀ ਨਾਲ ਪਾਸੇ ਆਸੇ ਹੋਰ ਖਲਾਰੀ ਹੁੰਦੀ ਸੀ ਕਣਕ, ਉਹਨੂੰ ਤੰਗਲੀ ਨਾ ਸਲੰਗ ਨਾ ਜੱਫੇ ਭਰ ਕੇ ਥੱਬਿਆਂ ਨਾਲ ਉਹਦੇ ਵਿੱਚ ਪਾਈ ਜਾਂਦਾ, ਜਿਵੇਂ ਜਿਵੇਂ ਉਹਦੇ ਵਿੱਚੋਂ ਚੱਲਣਾ ਉਹ ਫਲੇ ਨੇ ਚੱਲਣਾ ਉੱਤੇ, ਉਵੇਂ ਉਵੇਂ ਉਹਦੀ ਕਣਕ ਦੇ ਮਤਲਬ ਉਹਦੇ ਵਿੱਚੋਂ ਝੜਦੀ ਜਾਣਾ ਅਤੇ ਤੂੜੀ ਬਹੁਤ ਬਰੀਕ ਤੂੜੀ ਬਣ ਜਾਣੀ। ਕਣਕ ਕੋਈ ਵੀ ਫਸਲ ਸੀ ਉਹਦਾ ਬੀਜ ਵਿੱਚ ਟੁੱਟਦਾ ਨਹੀਂ ਸੀਗਾ ਜਦੋਂ ਇਸ ਤਰ੍ਹਾਂ ਕਰਦੇ? ਨਹੀਂ ਜੀ, ਨਹੀਂ ਬਿਲਕੁਲ ਨਹੀਂ ਟੁੱਟਦਾ ਸੀਗਾ, ਬਿਲਕੁਲ ਨਹੀਂ ਟੁੱਟਦਾ ਸੀ। ਔਰ ਇਸ ਤਰ੍ਹਾਂ ਕਹਾ ਕਿ ਜਦੋਂ ਉਹ ਪੂਰੀ ਤੂੜੀ ਬਣ ਜਾਣੀ, ਦਾਣੇ ਬਿਲਕੁਲ ਅੱਡ ਹੋ ਜਾਣੇ ਉਹਦੇ ਨਾਲੋਂ, ਉਹਨੂੰ ਫਿਰ ਵਿਚਾਲੇ ਧੜ ਲਾ ਦੇਣਾ, ਫਿਰ ਉਹਨੂੰ ਧੜ ਕਹਿੰਦੇ ਸੀਗੇ, ਵਿਚਾਲੇ ਇਕੱਠੀ ਕਰ ਦੇਣਾ, ਇਵੇਂ ਦੂਜੀ ਵਾਰ ਫਿਰ ਉਹਦੇ ਨਾਲ ਪਾਸੇ ਆਸੇ ਇਵੇਂ ਫਿਰ ਖਿਲਾਰ ਦੇਣੀ, ਇਹੀ ਮੁਹਾਨ ਫੇਰ ਹੁੰਦਾ ਸੀ ਇਹ ਇਸੇ ਤਰ੍ਹਾਂ ਫੇਰ। ਔਰ ਮੈਨੂੰ ਆਪ ਯਾਦ ਆ ਕਿਉਂਕਿ ਸਾਡੇ ਬਜ਼ੁਰਗ ਵੀ ਇਹ ਕੰਮ ਕਰਦੇ ਤੇ ਉਦੋਂ ਟਰੈਕਟਰ 'ਚ ਉਹ ਟਰੈਕਟਰ ਚਲਾਉਂਦੇ ਹੁੰਦੇ ਸੀ ਅਤੇ ਟਰੈਕਟਰ ਨਾਲ ਜਦੋਂ ਉਹਨਾਂ ਨੇ ਮਤਲਬ ਫਲਾ ਗਾਉਣਾ ਕਣਕ ਨੂੰ, ਅਤੇ ਮੈਂ ਜਦੋਂ ਸਕੂਲੋਂ ਆਉਣਾ, ਮੈਂ ਛੋਟਾ ਹੁੰਦਾ ਸੀਗਾ ਅਤੇ ਘਰੇ ਪਸ਼ੂ ਰੱਖੇ ਸੀ, ਮਾਤਾ ਨੇ ਕਹਿਣਾ ਵੀ ਆਪਦੇ ਪਾਪੇ ਵਾਸਤੇ ਜਾ ਦੁੱਧ ਲੈ ਜਾ, ਮੈਂ ਦੁੱਧ ਲੈ ਜਾਣਾ। ਜਦੋਂ ਦੁੱਧ ਲੈ ਕੇ ਜਾਣਾ ਅਤੇ ਉਹਨਾਂ ਨੇ ਨਾ ਉਹ ਜਿਹੜਾ ਦੁੱਧ ਪੀਣ ਵਾਸਤੇ ਵੀ ਸਮਾਂ ਖੜਦੇ ਨਹੀਂ ਸੀਗੇ ਕਿਉਂਕਿ ਉਹਨਾਂ ਦੇ ਵੀ ਟਾਈਮ ਵੇਸਟ ਹੋਊਗਾ। ਮੇਰੇ ਅੱਖਾਂ 'ਤੇ ਵੱਡੇ ਵੱਡੇ ਖੋਪੇ ਹੁੰਦੇ ਸੀ ਜੀ, ਕਾਲੀਆਂ ਕਾਲੀਆਂ ਐਨਕਾਂ, ਵੀ ਅੱਖਾਂ ਦੇ ਵਿੱਚ ਕੋਈ ਸਰ ਮਤਲਬ ਕੋਈ ਇਹੋ ਜਿਹਾ ਕਸੀਰ ਨਾ ਪੈ ਜੇ, ਅਤੇ ਉਹ ਮੇਰੇ ਲਾ ਦੇਣਾ ਅਤੇ ਟਰੈਕਟਰ ਬੰਨਿਆ ਹੁੰਦਾ ਸੀ ਕਿਉਂਕਿ ਉਸ ਹਿਸਾਬ ਨਾਲ ਗੁਲਾਈ ਦੇ ਵਿੱਚ ਹੀ ਉਹਨੇ ਘੁੰਮਣਾ ਅਤੇ ਉਹ ਬੰਨਿਆ ਹੁੰਦਾ ਅਤੇ ਮੈਨੂੰ ਉੱਤੇ ਭਾ ਦੇਣਾ ਵੀ ਜਿਹੜੇ ਦੋ ਚਾਰ ਗੇੜੇ ਮੈਂ ਖੜ ਕੇ ਖਰਾਬ ਕਰੂੰਗਾ ਦੁੱਧ ਪੀਣ ਲੱਗਾ ਅਤੇ ਉਹ ਤੂੰ ਉੱਤੇ ਬੈਠ। ਅਤੇ ਮੈਨੂੰ ਯਾਦ ਹੈ ਕਈ ਵਾਰੀ ਮੈਥੋਂ ਇਹੋ ਜਿਹਾ ਮਤਲਬ ਕਿਉਂਕਿ ਬੱਚਾ ਸੀਗਾ ਗਲਤੀਆਂ ਕਰ ਲੈਂਦੇ ਸੀਗੇ, ਕਈ ਵਾਰੀ ਉਹ ਸਟੇਅਰਿੰਗ ਨੂੰ ਜ਼ਿਆਦਾ ਘੁਮਾ ਦੇਣਾ ਅਤੇ ਉਹ ਧੜ ਦੇ ਵਿੱਚ ਵੱਜਣਾ ਫਲਾ ਅਤੇ ਧੜ ਵੀ ਖਿਲਰ ਜਾਣੀ, ਕਈ ਵਾਰੀ ਝਟਕਾਂ ਹੀ ਮਿਲਦੀਆਂ ਸੀਗੀਆਂ ਅਤੇ ਪਰ ਮਤਲਬ ਉਹ ਜਿਹੜੇ ਸਮੇਂ ਸੀ ਉਦੋਂ ਸਾਰੇ ਹੱਥੀਂ ਕਰਦੇ ਸੀ, ਬਿਮਾਰੀ ਕੋਈ ਨੇੜੇ ਨਹੀਂ ਸੀ ਆਉਂਦੀ ਜੀ। ਜਦੋਂ ਸਰੀਰ ਨੇ ਪੂਰਾ ਦਿਨ ਕੰਮਕਾਰ ਦੇ ਵਿੱਚ ਲੱਗੇ ਰਹਿਣਾ ਅਤੇ ਬਿਮਾਰੀ ਦਾ ਕੋਈ ਨਾਮੋ ਨਿਸ਼ਾਨ ਹੋ ਹੀ ਨਹੀਂ ਸਕਦਾ। ਸ਼ਾਇਦ ਅੱਜ ਜਿਹੜੀਆਂ ਸਰੀਰਕ ਬਿਮਾਰੀਆਂ ਲੱਗੀਆਂ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਹੱਥੀਂ ਕੰਮ ਬਹੁਤ ਘੱਟ ਕਰਦੇ, ਹੱਥੀਂ ਕੰਮ ਹੀ ਨਹੀਂ ਜੀ ਕਰਦੇ ਜੀ। ਆਪਣੇ ਘਰ ਦੇ ਵਿੱਚ ਜਾਂ ਤਾਂ ਨੇਪਾਲੀ
ਜਾਂ ਕੋਈ ਇਹੋ ਜਿਹੇ ਬੰਦੇ ਰੱਖੇ ਵੀ ਜਿਹੜੇ ਕਰਦੇ ਉਹਨੂੰ ਆਪਾਂ ਤਾਂ ਅੱਜ ਕੱਲ੍ਹ ਗਲਾਸ ਪਾਣੀ ਦਾ ਲੈ ਕੇ ਵੀ ਉਹਨੂੰ ਕਹਿੰਦੇ ਵੀ ਸਾਨੂੰ ਪਾਣੀ ਦਾ ਗਲਾਸ ਦੇ ਦੇ ਜੀ, ਤੇ ਉਦੋਂ ਸਾਰਾ ਕੁਛ ਹੱਥੀ ਉਹਨਾਂ ਨੇ ਕਰਨਾ ਤੇ ਉਸ ਤੋਂ ਬਾਅਦ ਜਦੋਂ ਹਵਾ ਚੱਲਣੀ ਉਦੋਂ ਤੰਗਲੀਆਂ ਦੇ ਨਾਲ ਤਾਂ ਉਹਨੂੰ ਰੋਣਾ ਕਿਉਂਕਿ ਤੂੜੀ ਗਾਂਹ ਉੱਡ ਜਾਣੀ ਤੇ ਇੱਕ ਬੰਦੇ ਨੇ ਘੁੰਡੀਆਂ ਲਾਈ ਜਾਣੀਆਂ, ਘੁੰਡੀਆਂ ਨੂੰ ਫਿਰ ਦੁਬਾਰਾ ਉਹਨਾਂ ਨੇ ਫਲਾ ਪਾ ਲੈਣਾ ਜਾਂ ਉਹਦੇ 'ਤੇ ਮਤਲਬ ਉਹਨੂੰ ਕੁੱਟਣਾ, ਜਿਵੇਂ ਮਤਹਿਰਨਾ ਜਾਂ ਉਹਦੇ ਕਿਸੇ ਬਾਂਸ ਨਾਲ ਉਹਨੂੰ ਕੁੱਟਣਾ, ਉਹਦੇ ਵਿੱਚ ਜਿਹੜੇ ਦਾਣੇ ਰਹਿ ਜਾਣੇ ਫਿਰ ਉਹ ਕੱਢਣੇ, ਉਦੋਂ ਸਿਸਟਮ ਇਹੋ ਜਿਹੇ ਸੀਗੇ ਜੀ। ਉਦੋਂ ਸਮਾਂ ਵੀ ਜ਼ਿਆਦਾ ਲੱਗਦਾ ਸੀ? ਬਿਲਕੁਲ ਸਮਾਂ ਜ਼ਿਆਦਾ ਲੱਗਦਾ, ਸਮਾਂ ਸਾਰਿਆਂ ਕੋਲ ਸੀ ਬਹੁਤ ਉਦੋਂ ਜੀ, ਉਦੋਂ ਸਮਾਂ ਸਾਰਿਆਂ ਕੋਲ ਸੀ ਬਹੁਤ, ਕਿਉਂਕਿ ਅੱਜ ਜਿਵੇਂ ਅੱਜ ਹਰ ਇੱਕ ਬੰਦਾ ਮਸ਼ੀਨ ਬਣਿਆ ਵੇ ਨਾ, ਉਦੋਂ ਬੰਦਾ ਮਸ਼ੀਨ ਨਹੀਂ ਬਣਦਾ ਸੀਗਾ, ਉਹੀ ਮੈਂ ਤੁਹਾਨੂੰ ਦੱਸਿਆ ਵੀ ਪੈਸੇ ਦਾ ਭਾਵੇਂ ਉਹਦਾ ਜਿਹੜਾ ਪਸਾਰਾ ਘੱਟ ਸੀਗਾ ਪਰ ਲੋਕਾਂ ਦੀ ਜਿਹੜੀ ਜ਼ਿੰਦਗੀ ਸੀ ਐਸ਼ੋ ਆਰਾਮ ਸੀ ਔਰ ਦਿਲਾਂ ਦੇ ਸੱਚੇ ਸੀਗੇ, ਭਾਵੇਂ ਮਕਾਨ ਕੱਚੇ ਸੀ ਪਰ ਦਿਲਾਂ ਦੇ ਲੋਕ ਸੱਚੇ ਸੀਗੇ। ਬਿਲਕੁਲ ਜੀ, ਭਾਵੇਂ ਮਕਾਨ ਕੱਚੇ ਸੀ ਪਰ ਦਿਲਾਂ ਦੇ ਲੋਕ ਸੱਚੇ ਸੀ, ਇਹ ਸ਼ਰਮਾ ਜੀ ਦਾ ਆਪਣਾ ਇੱਕ ਕਥਨ ਹੈ। ਵੈਸੇ ਵੀ ਫੇਸਬੁੱਕ 'ਤੇ ਜਦੋਂ ਇਸ ਤਰ੍ਹਾਂ ਦਾ ਸਲੋਗਨ ਆਉਂਦਾ ਤਾਂ ਸੱਚਮੁੱਚ ਬਹੁਤ ਅੱਛਾ ਲੱਗਦਾ। ਔਰ ਦੋਸਤੋ ਬਹੁਤ ਵਧੀਆ ਗੱਲ ਕੀਤੀ ਹੈ ਕਿ ਪੈਰੀ ਗਾਉਣਾ ਜਿਹੜਾ ਹੈ, ਪੈਰੀ ਮਤਲਬ ਇੱਕ ਫਸਲ ਪੱਕੀ ਨੂੰ ਜਦੋਂ ਘਰ ਦੇ ਵਿੱਚ ਤਿਆਰ ਕਰਕੇ ਬਾਜ਼ਾਰ ਲਿਜਾਣੀ ਹੁੰਦੀ ਸੀ ਤਾਂ ਉਹਦੇ ਉੱਪਰ ਬਕਾਇਦਾ ਤੌਰ 'ਤੇ ਪਸ਼ੂਆਂ ਨੂੰ ਵੀ ਮਤਲਬ ਤੋਰਿਆ ਜਾਂਦਾ ਸੀ ਔਰ ਉਸ ਦੇ ਨਾਲ ਹੀ ਘਰ ਦੇ ਜਿੰਨੇ ਮੈਂਬਰ ਸੀ ਉਹਨਾਂ ਨੂੰ ਵੀ ਉਹਦੇ ਉੱਪਰ ਤੋਰਿਆ ਜਾਂਦਾ ਸੀ ਤਾਂ ਕਿ ਇਹ ਮਤਲਬ ਵਧੀਆ ਤਰੀਕੇ ਦੇ ਨਾਲ ਜਿਹੜੀ ਫਸਲ ਹੈ ਉਸ ਨੂੰ ਇਕੱਠੀ ਕਰਕੇ ਆਪਾਂ ਬਾਜ਼ਾਰਾਂ ਵਿੱਚ ਮੰਡੀਆਂ ਵਿੱਚ ਲੈ ਜਾਈਏ। ਅੱਛਾ, ਛੱਲੀਆਂ ਨੂੰ ਕਿਸ ਤਰ੍ਹਾਂ ਮਤਲਬ ਉਦੋਂ ਉਹਦੇ ਨੂੰ ਘੇਰਦੇ ਹੁੰਦੇ ਸੀਗੇ ਛੱਲੀਆਂ ਨੂੰ ਜਾਂ ਉਹਨੂੰ ਵੀ ਕੁੱਟਣ ਦੀ ਕੋਸ਼ਿਸ਼ ਕਰਦੇ? ਨਹੀਂ ਜੀ, ਉਹਨੂੰ ਕੁੱਟਦੇ ਹੁੰਦੇ ਸੀ ਛੱਲੀਆਂ ਨੂੰ। ਹਾਂ, ਛੱਲੀਆਂ ਨਾ, ਬਿਲਕੁਲ ਦਾਣੇ ਨਹੀਂ ਟੁੱਟਦੇ ਸੀਗੇ, ਗੁੱਲ ਜ਼ਰੂਰ ਟੁੱਟ ਜਾਂਦੇ ਸੀਗੇ। ਅੱਛਾ ਜੀ, ਤੇ ਦਾਣੇ ਨਹੀਂ ਉਹਦੇ ਕਿਉਂਕਿ ਦਾਣਾ ਜਿਹੜੀ ਛੱਲੀ ਦਾ ਦਾਣਾ ਬਹੁਤ ਕਰੜਾ ਹੁੰਦਾ ਜੀ, ਉਹ ਨਹੀਂ ਟੁੱਟਦੀ। ਉਸ ਤੋਂ ਬਾਅਦ ਤਾਂ ਬੜੀਆਂ ਮਸ਼ੀਨਾਂ ਚੱਲ ਪਈਆਂ, ਹੁਣ ਤਾਂ ਅੱਜ ਕੱਲ੍ਹ ਸਿਸਟਮ ਹੀ ਹੋਰ ਚੱਲ ਪਏ। ਉਦੋਂ ਪੰਜਾਬ ਦੇ ਵਿੱਚ ਛੱਲੀਆਂ ਦੇ ਢੇਰ ਲੱਗਦੇ ਹੁੰਦੇ ਸੀ ਤੇ ਹੁਣ ਤਾਂ ਮੇਰਾ ਖਿਆਲ ਹੈ ਵੀ ਜੇ ਛੱਲੀ ਕੋਈ ਬੀਜਦਾ ਹੀ ਨੀਗਾ, ਜੇ ਫਰਜ਼ ਕਰੋ ਕੋਈ ਕਹਿੰਦਾ ਨਾ ਵੀ ਛੱਲੀ ਖਾਣੀ ਆ ਤੇ ਉਹਦੇ ਕੋਈ ਨਹੀਂ, ਹਿਮਾਚਲ ਗਏ ਉੱਥੋਂ ਲੈ ਕੇ ਆਵਾਂਗੇ ਛੱਲੀਆਂ, ਕਿਉਂਕਿ ਹਿਮਾਚਲ ਦੀ ਛੱਲੀ ਬੜੀ ਮਿੱਠੀ ਗਿਣੀ ਜਾਂਦੀ ਆ, ਭਾਵੇਂ ਉੱਥੇ ਜਿਹੜੇ ਛੋਟੀਆਂ ਛੋਟੀਆਂ ਕਿਆਰੀਆਂ ਦੇ ਵਿੱਚ ਬੀਜੀ ਆ, ਪਰ ਉੱਥੇ ਜਿਹੜੀ ਛੱਲੀ ਹੁੰਦੀ ਛੜੀ ਬੜੀ ਮਿੱਠੀ ਆ। ਅੱਜ ਕੱਲ੍ਹ ਪੰਜਾਬ ਦੇ ਵਿੱਚ ਤਾਂ ਕੀ ਕਹਿਣਾ, ਕੋਈ ਟਾਵਾਂ ਜਿਵੇਂ ਨਵੇਂ ਸ਼ਹਿਰ ਵਾਲੇ ਪਾਸੇ ਕਿਸੇ ਮਤਲਬ ਖੇਤ ਦੇ ਵਿੱਚ ਜ਼ਿਮੀਂਦਾਰਾਂ ਨੇ ਬੜੇ ਬੀਜੀਆਂ, ਪਰ ਉਹ ਵੀ ਜਿਵੇਂ ਆ ਉੱਥੇ ਬਾਹਰ ਹੀ ਟਾਲਾਂ ਲਾ ਕੇ ਛੱਲੀਆਂ ਭੁਣ ਭੁਣ ਕੇ ਲੋਕਾਂ ਨੂੰ ਖਵਾਉਂਦੇ, ਮਤਲਬ ਇਸ ਤਰ੍ਹਾਂ ਉਹਨਾਂ ਨੇ ਲਾਏ ਆ। ਤੇ ਪਹਿਲੇ ਜ਼ਮਾਨੇ 'ਚ ਛੱਲੀ ਵਿਕਦੀ ਨਹੀਂ ਹੁੰਦੀ ਸੀ? ਨਹੀਂ, ਦਾਣੇ ਵਿਕਦੇ ਸੀ, ਦਾਣੇ ਵਿਕਦੇ ਹੁੰਦੇ ਸੀ ਔਰ ਅੱਜ ਛੱਲੀ ਭੁੰਨ ਕੇ ਵੇਚੀ ਜਾਂਦੀ। ਹਾਂ, ਜਿਵੇਂ ਅੱਜ ਕੱਲ੍ਹ ਤਾਲ ਲੱਗੀ ਥਾਂ ਥਾਂ ਛੱਲੀਆਂ ਦੀ, ਉਹ ਪਹਿਲੇ ਜ਼ਮਾਨੇ 'ਚ ਇਹ ਗੱਲਾਂ ਨਹੀਂ ਸੀ। ਹਾਂ, ਜੇ ਕਿਸੇ ਨੇ ਭੁੰਨਣੀਆਂ ਤਾਂ ਖੇਤੋਂ ਤੋੜ ਕੇ ਘਰੇ ਜ਼ਰੂਰ ਲਿਆ ਕੇ ਭੁੰਨ ਲੈਂਦੇ ਸੀਗੇ। ਸੋ ਦੋਸਤੋ, ਬਹੁਤ ਖੂਬਸੂਰਤ ਜਾਣਕਾਰੀ ਦਿੱਤੀ ਹੈ ਸ਼ਰਮਾ ਜੀ ਨੇ। ਮੈਂ ਦੱਸਣਾ ਚਾਹੁੰਦਾ ਕਿ ਪ੍ਰੋਗਰਾਮ ਵਿਰਸਾ ਵਾਜਾ ਮਾਰ ਦੇ ਵਿੱਚ ਸਾਡੀ ਵੱਧ ਤੋਂ ਵੱਧ ਇਹ ਕੋਸ਼ਿਸ਼ ਰਹੀ ਹੈ ਕਿ ਪੁਰਾਣੀ ਵਿਰਾਸਤ ਨੂੰ ਜਿਉਂਦਾ ਰੱਖਣ ਵਾਸਤੇ ਕੁਛ ਨਾ ਕੁਛ ਉਪਰਾਲਾ ਕੀਤਾ ਜਾਵੇ, ਔਰ ਮਾਸ਼ਾਅੱਲਾ ਇਸ ਉਪਰਾਲੇ ਦੇ ਵਿੱਚ ਤੁਸੀਂ ਲੋਕ ਹਮੇਸ਼ਾ ਮੇਰਾ ਸਾਥ ਦਿੰਦੇ ਹੋ। ਔਰ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਹੁੰਦਾ ਕਿ ਜਦੋਂ ਸਰਚ ਕਰਦੇ ਦੌਰਾਨ ਮੇਰੇ ਕੋਲ ਕੋਈ ਸੱਭਿਆਚਾਰਕ ਔਰ ਵਿਰਸੇ ਨਾਲ ਰਿਲੇਟਡ ਕੋਈ ਗੱਲਬਾਤ ਆਉਂਦੀ ਹੈ ਤਾਂ ਮੈਂ ਖੁਦ ਉਹਨਾਂ ਨਾਲ ਸੰਪਰਕ ਕਰਦਾ। ਜੇਕਰ ਤੁਸੀਂ ਵੀ ਵਿਰਸੇ ਬਾਰੇ ਜਾਣਕਾਰੀ ਰੱਖਦੇ ਹੋ, ਸੱਭਿਆਚਾਰ ਬਾਰੇ ਜਾਣਕਾਰੀ ਰੱਖਦੇ ਹੋ, ਤਾਂ ਪਲੀਜ਼ ਤੁਸੀਂ ਦਿੱਤੇ ਹੋਏ ਨੰਬਰਾਂ 'ਤੇ ਜ਼ਰੂਰ ਸੰਪਰਕ ਕਰੋ। ਔਰ ਮੈਂ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ ਅੱਜ ਦੇ ਯੂਥ ਨੂੰ ਇਹ ਜਿਹੜੇ ਸ਼ਬਦ ਹੈ ਪੈਰੀਂ ਗਾਉਣਾ, ਇਸ ਦਾ ਅਸਲੀ ਮਰਥ ਮਤਲਬ ਇਹੀ ਨਿਕਲਿਆ ਕਿ ਪੈਰਾਂ ਦੇ ਨਾਲ ਪੱਕੀ ਹੋਈ ਫਸਲ ਨੂੰ ਮਤਲਬ ਗਾਹ ਕੇ ਉਸ ਨੂੰ ਦਾਣੇ ਕੱਢ ਕੇ ਮੰਡੀਆਂ ਦੇ ਵਿੱਚ ਲਿਜਾਣਾ ਔਰ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ। ਦੋਸਤੋ, ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਾ ਹਮੇਸ਼ਾ ਫੀਡਬੈਕ ਦੇਣੀ ਹੈ। ਔਰ ਮੈਂ ਹਮੇਸ਼ਾ ਧੰਨਵਾਦ ਕਰਨਾ ਚਾਹੁੰਦਾ ਸਾਡੇ ਅੱਜ ਦੇ ਮਹਿਮਾਨ ਜਨਾਬ ਜਸਵੀਰ ਸ਼ਰਮਾ ਜੀ ਦਾ, ਜੋ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਡੇ ਨਾਲ ਜੁੜੇ ਨੇ ਔਰ ਜਿਨ੍ਹਾਂ ਦੀਆਂ ਕਿਤਾਬਾਂ ਵੀ ਬੇਅਥਾ ਮਾਰਕੀਟ ਵਿੱਚ ਆਈਆਂ ਨੇ। ਜਸਵੀਰ ਜੀ, ਤੁਹਾਨੂੰ ਕਿਸ ਤਰ੍ਹਾਂ ਲੱਗਾ ਇਸ ਪ੍ਰੋਗਰਾਮ ਬਾਰੇ? ਬਹੁਤ ਵਧੀਆ ਜੀ, ਤੁਹਾਨੂੰ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਚੜ੍ਹਦੀ ਕਲਾ 'ਚ ਰੱਖੇ, A1 ਚੈਨਲ ਨੂੰ, A1 ਚੈਨਲ ਦੀ ਸਾਰੀ ਸਮੁੱਚੀ ਟੀਮ ਨੂੰ ਜੋ ਇੰਨੀ ਮਿਹਨਤ ਦੇ ਨਾਲ ਵਿਰਸੇ ਨੂੰ ਲਗਾਤਾਰ ਜਿਉਂਦਾ ਰੱਖ ਰਹੇ ਹਾਂ ਔਰ ਦੇਸ਼ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਤੁਸੀਂ ਇਹਦੇ ਨਾਲ ਜੋੜ ਰਹੇ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ, ਮੈਨੂੰ ਆਪਣੇ ਦੋਸਤ ਸੋਮ ਸਹੋਤਾ ਨੂੰ ਅਤੇ ਸਾਡੇ ਅੱਜ ਦੇ ਰਿਸਪੈਕਟਡ ਮਹਿਮਾਨ ਜਸਵੀਰ ਸ਼ਰਮਾ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। For all updated news, please subscribe A1 News and click the bell icon.